ਅੱਜਕੱਲ ਫਿਰ ਤੋਂ ਐਲਬਮਸ ਦਾ ਦੌਰ ਚੱਲ ਰਿਹਾ ਹੈ ਜਿੱਥੇ ਪਹਿਲਾਂ ਸਿੰਗਲ ਟਰੈਕਸ ਰਿਲੀਜ਼ ਹੁੰਦੇ ਸੀ ਅੱਜ ਕੱਲ੍ਹ ਹਰ ਸਿੰਗਰ ਆਪਣੀ ਆਪਣੀ ਵੱਖਰੀ ਐਲਬਮ ਰਿਲੀਜ਼ ਕਰ ਰਿਹਾ ਹੈ ਅਤੇ ਉੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਹੋਰ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਐਲਬਮ ਦਾ ਟਾਈਟਲ ਹੈ ਫਿਲਮਾਂ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਕੁਲਸ਼ਾਨ ਸੰਧੂ ਦੀ ਐਲਬਮ ਫਿਲਮਾਂ ਦੀ ਜੋ ਕਿ 30 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਉੱਥੇ ਹੀ ਹੁਣ ਜੇ ਮੈਂ ਗੱਲ ਕਰਾਂ ਫਿਲਮਾਂ ਐਲਬਮ ਦੇ ਮੇਨ ਟਰੈਕ ਦੀ ਯਾਨੀ ਕਿ ਫਿਲਮਾਂ ਟਰੈਕ ਦੀ ਅਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਸ ਟਰੈਕ ਵਿੱਚ ਕੁਝ ਇੰਟਰਸਟਿੰਗ ਵੇਖਣ ਨੂੰ ਮਿਲਣ ਵਾਲਾ ਹੈ ਸਾਨੂੰ ਅਤੇ ਉਹ ਇੰਟਰਸਟਿੰਗ ਗੱਲ ਹੈ ਸ਼ਕਤੀ ਕਪੂਰ ਜੀ ਹਾਂ ਕੁਲਸ਼ਾਨ ਸੰਧੂ ਇਸ ਗਾਣੇ ਲਈ ਕੋਲੈਬੋਰੇਟ ਕਰ ਰਹੇ ਨੇ ਸ਼ਕਤੀ ਕਪੂਰ ਦੇ ਨਾਲ ਆਓ ਫਿਰ ਤੁਸੀਂ ਚੈੱਕ ਕਰ ਲਓ ਫਿਲਮਾਂ ਗਾਣੇ ਦੇ ਇਸ ਆਫੀਸ਼ੀਅਲ ਪੋਸਟਰ ਨੂੰ ਇਸ ਗਾਣੇ ਵਿੱਚ ਫੀਚਰ ਕਰਦੇ ਹੋਏ ਸਾਨੂੰ ਨਜ਼ਰ ਆਉਣ ਵਾਲੇ ਨੇ ਕੁਲਸ਼ਾਨ ਸੰਧੂ ਐਂਡ ਸ਼ਕਤੀ ਕਪੂਰ ਉੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਗਾਣੇ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ ਕੁਲਸ਼ਾਨ ਸੰਧੂ ਵੱਲੋਂ ਅਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਟੀਮ ਡੀਜੀ ਵੱਲੋਂ ਅਤੇ ਇਹ ਗਾਣਾ ਰਿਲੀਜ਼ ਹੋਵੇਗਾ VIP ਰੈਕਟਸ ਦੇ ਲੇਬਲ ਅੰਡਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਲਸ਼ਾਨ ਸੰਧੂ ਵੱਲੋਂ ਆਪਣੇ ਦੋ ਹੋਰ ਗਾਣਿਆਂ ਦੇ ਪੋਸਟਰ ਵੀ ਰਿਲੀਜ਼ ਕੀਤੇ ਗਏ ਨੇ ਜਿਨ੍ਹਾਂ ਦਾ ਟਾਈਟਲ ਹੈ ਬੈਡ ਡਿਸੀਜਨ ਐਂਡ 3 ਥਿੰਗਸ ਆਓ ਫਿਰ ਤੁਸੀਂ ਚੈੱਕ ਕਰੋ ਇਹ ਦੋ ਪੋਸਟਰਸ ਨੂੰ ਵੀ ਕੁਲਸ਼ਾਨ ਸੰਧੂ ਨੂੰ ਕਈ ਸੁਪਰਹਿੱਟ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਕੰਮ ਕਰਦੇ ਹੋਏ ਦੇਖਾਂਗੇ ਜਿਵੇਂ ਕਿ ਪ੍ਰੋਫੈਸੀ, ਦੀਪ ਜਾਂਡੂ, ਪ੍ਰੀਤ ਹੁੰਦਲ, ਇੱਕਾ ਮਿਊਜ਼ਿਕ ਅਤੇ ਕਈ ਹੋਰ ਸੋ ਜਿਸ ਤਰ੍ਹਾਂ ਕੁਲਸ਼ਾਨ ਸੰਧੂ ਦੇ ਗਾਣੇ ਹੁਣ ਤੱਕ ਅਸੀਂ ਸੁਣਦੇ ਆ ਰਹੇ ਹਾਂ ਅਤੇ ਉਹਨਾਂ ਗਾਣਿਆਂ ਨੂੰ ਅਸੀਂ ਸੁਣ ਕੇ ਇੰਜੋਏ ਵੀ ਕੀਤਾ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਆਉਣ ਵਾਲੀ ਐਲਬਮ ਵੀ ਸੁਪਰਹਿੱਟ ਜਾਵੇਗੀ ਅਤੇ ਸਾਡੇ ਸਾਰਿਆਂ ਵੱਲੋਂ ਖੂਬ ਪਸੰਦ ਕੀਤੀ ਜਾਵੇਗੀ ਬਾਕੀ ਮੈਂ ਤਾਂ ਬਹੁਤ ਐਕਸਾਈਟਿਡ ਹੋ ਗਈ ਹਾਂ ਸ਼ਕਤੀ ਕਪੂਰ ਅਤੇ ਕੁਲਸ਼ਾਨ ਸੰਧੂ ਨੂੰ ਫਿਲਮਾਂ ਗਾਣੇ ਵਿੱਚ ਕੋਲੈਬੋਰੇਟ ਕਰਦੇ ਹੋਏ ਦੇਖਣ ਲਈ ਤੁਸੀਂ ਕਿੰਨੇ ਐਕਸਾਈਟਿਡ ਹੋ ਗਏ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ